ਭਾਈ ਪੰਨਪ੍ਰੀਤ ਸਿੰਘ ਜੀ, ਸਾਡੇ ਨਾਲ ਸਾਂਝ ਪਾ ਰਹੇ ਨੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ, ਕਿਉਂਕਿ ਜ਼ਰੂਰਤ ਹੈ ਕਿ ਵਿਵੇਕ ਬੁੱਧੀ ਦੀ ਵਰਤੋਂ ਨਾਲ ਅਸੀਂ ਆਪਣੀ ਸੋਚ ਵਿੱਚ ਬਦਲਾਅ ਲਿਆ ਸਕੀਏ। ਉਹੀ ਕਰਮ ਕਾਂਡ ਅਸੀਂ ਕਰ ਰਹੇ ਹਾਂ ਜਿਸ ਤੋਂ ਗੁਰੂ ਨੇ ਸਾਨੂੰ ਵਰਜਿਤ ਕੀਤਾ ਸੀ। ਜੀ ਭਾਈ ਸਾਹਿਬ, ਸੋ ਕੀ ਕਰਨ ਦੀ ਲੋੜ ਹੈ, ਕਿਉਂਕਿ ਅੱਜ ਤਾਂ ਇਹ ਜਾਲ ਜਿਹੜਾ ਹੈ ਕਿਹਾ ਜਾਂਦਾ ਜੀ, ਈਵਨ ਇੱਥੋਂ ਤੱਕ ਕਿ ਸਾਡੇ ਜਿਹੜੇ ਸਰਮੌਰ ਸੰਸਥਾਵਾਂ ਨੇ ਉੱਥੋਂ ਵੀ ਇਹ ਹੁਕਮ ਆ ਜਾਂਦੇ ਨੇ ਕਿ ਜੀ ਕਿੰਤੂ ਪ੍ਰੰਤੂ ਨਹੀਂ ਕਰਨਾ, ਤੁਸੀਂ ਬਸ ਅੱਖਾਂ ਮੀਟ ਕੇ ਕਰੀ ਚੱਲੋ ਇਹ ਸਭ। ਕਿੰਤੂ ਪ੍ਰੰਤੂ ਨਹੀਂ ਹੁੰਦਾ, ਜੋ ਗੁਰੂ ਤੋਂ ਗਿਆਨ ਮਿਲਦਾ। ਆਪਾਂ ਜਿਵੇਂ ਗੱਲ ਕੀਤੀ ਵਾਲਾ ਵਿਵੇਕ ਬੁੱਧੀ, ਇੱਕ ਤਾਂ ਹੁੰਦੀ ਹੈ ਕੋਈ ਆਪਣੀ ਹੀ ਚੰਚਲਤਾ ਵਾਲੀ ਮਤ, ਦੇਖੋ ਉਹ ਗੁਰੂ ਸਾਹਿਬ ਨੇ ਛੱਡਣ ਵਾਸਤੇ ਕਿਹਾ ਵੀ ਇਹ ਮਨ ਚੰਚਲਾ ਚਤੁਰਾਈ ਕੇ ਨੈਣਾ ਪਾਇਆ। ਸੋ ਅਸੀਂ ਆਪਣੀ ਚਤੁਰਾਈ ਆਪਣੀ ਚੰਚਲਤਾਈ ਨੂੰ ਤਾਂ ਛੱਡਣਾ, ਪਰ ਜੋ ਗੁਰੂ ਤੋਂ ਮਤ ਮਿਲਦੀ ਹੈ ਨਾ ਉਹਨੂੰ ਅਸੀਂ ਅਸਲੀ ਮਤ ਕਹਿ ਸਕਦੇ ਹਾਂ। ਵਿਵੇਕ ਬੁੱਧੀ ਹਾਰ ਪਰਿਓ ਸਵਾਮੀ ਕਹਿ ਦੁਆਰਾ ਦੀਜਾ ਬੁੱਧ ਵਿਵੇਕਾ, ਗੁਰੂ ਤੋਂ ਮਿਲਦੀ ਮਤ ਮੁਤਾਬਕ ਅਸੀਂ ਜ਼ਿੰਦਗੀ 'ਚ ਵਿਚਰਨਾ, ਤਾਂ ਹੀ ਅਸੀਂ ਗੁਰਸਿੱਖ ਆ ਸਕਦੇ ਹਾਂ ਜੇ ਅਸੀਂ ਗੁਰ ਨੂੰ ਮੁੱਖ ਰੱਖੀਏ, ਗੁਰ ਜੋ ਸਾਨੂੰ ਗੁਰਬਾਣੀ ਗਿਆਨ ਦਿੰਦੀ ਹੈ। ਸੋ ਇਸੇ ਤਰ੍ਹਾਂ ਹੁਣ ਦੇਖੋ ਗੁਰਬਾਣੀ ਪੜ੍ਹਨ ਦੀ ਗੱਲ ਬਾਣੀ ਵਿੱਚ ਆਉਂਦੀ ਹੈ, ਉਹ ਵੀ ਅੱਗੇ ਅਗਲੀ ਪੰਕਤੀ ਗੁਰੂ ਜੀ ਨੇ ਕਹਿਤਾ ਅਕਲੀ ਪੜ੍ਹ ਕੇ ਬੁੱਝ ਗਿਆ ਅਕਲੀ ਕੀ ਚਾਹਦਾ, ਵੀ ਅਕਲ ਨਾਲ ਬਾਣੀ ਪੜ੍ਹੋ ਭਾਵ ਕੇ ਕੁਝ ਨਿਯਮ ਨੇ ਉਹ ਸਿੱਖੋ ਤੁਸੀਂ ਬਾਣੀ ਤੇ ਪੜ੍ਹ ਕੇ ਸਮਝੋ। ਗੁਰਬਾਣੀ ਪੜ੍ਹਨ ਤੇ ਰੁਕ ਨਹੀਂ ਜਾਣਾ, ਪੜ੍ਹਨਾ ਸ਼ੁਰੂਆਤ ਆਪਾਂ ਕਹਿ ਸਕਦੇ ਹਾਂ, ਲੇਕਿਨ ਸਾਡੇ ਬਹੁਤ ਭੈਣ ਭਰਾ ਉਹ ਬਾਣੀ ਪੜ੍ਹ ਕੇ ਅੱਗੇ ਗਿਣਤੀਆਂ ਦੇ ਚੱਕਰ 'ਚ ਪੈ ਗਏ, ਇੰਨੇ ਪਾਠ ਕਰੋ ਜਦ ਕਿ ਗੁਰਬਾਣੀ ਦੇ ਵਿੱਚ ਕਿਤੇ ਵੀ ਗਿਣਤੀ ਦੀ ਗੱਲ ਨਹੀਂ। ਗੁਰਬਾਣੀ ਵਿੱਚ ਇਹ ਕਿਹਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਜਿਹੜਾ ਬੱਧਾ ਚੱਟੀ ਬੱਜ ਕੇ ਬੋਝ ਪਾ ਕੇ ਗਿਣਤੀ ਪੂਰੀ ਕਰਨ ਦਾ ਚੱਕਰ ਹੈ ਜਿਹੜਾ, ਇਹਦਾ ਕੋਈ ਗੁਣ ਤੇ ਭਲਾ ਨਹੀਂ ਜੀ। ਸੋ ਗੁਰਬਾਣੀ ਨੂੰ ਸਮਝ ਕੇ ਅਸੀਂ ਉਸ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ। ਅਕਲੀ ਪੜ੍ਹ ਕੇ ਬੁੱਝ ਗਿਆ, ਪੜ੍ਹ ਕੇ ਸਮਝਣਾ ਤੇ ਅਕਲ ਦਾ ਫਿਰ ਅੱਗੇ ਅਕਲ ਦਾ ਦਾਨ ਕਰਨਾ, ਮਨੁੱਖਤਾ ਨੂੰ ਗੁਰਬਾਣੀ ਦਾ ਗਿਆਨ ਵੰਡਣਾ। ਬਿਲਕੁਲ, ਕਿਉਂਕਿ ਜੋ ਗੁਰਬਾਣੀ ਦਾ ਗਿਆਨ ਹੈ ਇਹ ਇੱਕ ਜੀਵਨ ਦਾਨ ਹੈ, ਕਿਸੇ ਦਾ ਜੀਵਨ ਬਣ ਜਾਂਦਾ ਜੇ ਆਪਾਂ ਕਿਸੇ ਨੂੰ ਗੁਰਬਾਣੀ ਦਾ ਸਹੀ। ਭਾਈ ਗੁਰਦਾਸ ਜੀ ਨੇ ਇੱਥੇ ਤੱਕ ਲਿਖਤਾ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰਦੀ ਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜੇ ਤੁਸੀਂ ਇੱਕ ਸ਼ਬਦ ਕਿਸੇ ਨੂੰ ਸਿਖਾ ਦਿੱਤਾ ਭਾਵ ਸਿੱਖਿਆ ਦੇ ਦਿੱਤੀ, ਅਰਥਾਂ ਸਮੇਤ ਦ੍ਰਿੜ ਕਰਵਾ ਦਿੱਤਾ, ਜੇ ਤੁਸੀਂ ਸੱਤ ਮੰਦਰ ਸੋਨੇ ਦੇ ਪਾ ਦਿੱਤੇ, ਸੱਤ ਮੰਦਰ ਸੋਨੇ ਦੇ ਉਸਾਰ ਦੇਣੇ ਕੋਈ ਖਾਸ ਗੱਲ ਨਹੀਂ, ਵੱਡੀ ਗੱਲ ਹੈ ਤੁਸੀਂ ਕਿਸੇ ਨੂੰ ਸਹੀ ਗੁਰਬਾਣੀ ਦਾ ਇੱਕ ਸ਼ਬਦ ਗੁਰੂ ਦਾ ਸੁਣ ਕੇ ਇਹਨੂੰ ਸਿਖਾ ਦਿੱਤਾ ਤਾਂ ਉਹਦਾ ਬਹੁਤ ਵੱਡਾ ਫਲ ਹੈ ਸਾਨੂੰ। ਸੋ ਜਿਹੜੇ ਅੱਜ ਕਹਿ ਦਿੰਦੇ ਤੁਸੀਂ ਜੀ ਕਿੰਤੂ ਪ੍ਰੰਤੂ ਨਾ ਕਰੋ, ਤੁਸੀਂ ਗੱਲ ਕੀਤੀ ਹੈ ਕਿ ਬਾਣੀ ਤਾਂ ਹੁੰਦੀ ਕਿੰਤੂ ਤੋਂ ਸ਼ੁਰੂ ਹੈ, ਜੇ ਆਪਾਂ ਸ਼ੁਰੂ ਤੋਂ ਹੀ ਲਾਈਏ, ਸੋਚਿਆ ਸੋਚਣਾ ਹੋ ਬਈ, ਜੇ ਸੋਚੀ ਲਖਵਾਰ, ਚੁੱਪਾ ਚੁੱਪਣਾ ਹੋ ਬਈ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖਣਾ ਉਤਰੀ, ਜੇ ਵੰਨਾਂ ਪੁਰੀਆਂ ਭਾਰ, ਸਾਹਸ ਸਿਆਣਪਾਂ ਲੱਖ ਹੋਏ, ਤੈਕ ਨਾ ਚੱਲਿਆ ਨਾਲ, ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਬਹੁਤ ਲੋਕ ਕਹਿੰਦੇ ਸੀ ਵੀ ਸਾਡਾ ਨਾ ਹੀ ਛੁਟਕਾਰਾ ਹੋਜੂ, ਗੁਰੂ ਸਾਹਿਬਾਂ ਨੇ ਲੱਖਾਂ ਤੀਰਥਾਂ ਤੇ ਲੱਖਾਂ ਵਾਰੀ ਇਸ਼ਨਾਨ ਕਰਦਾ, ਫਿਰ ਤੇਰੇ ਮਨ ਦੀ ਸੁੱਚਮਣੀ ਹੋਣੀ। ਧਰਮ ਦਾ ਸੰਬੰਧ ਮਨ ਦੀ ਸੁੱਚਮ ਦੇ ਨਾਲ ਹੈ, ਜੇ ਮਨ ਸੁੱਚਾ ਨਹੀਂ ਹੋਇਆ ਤਾਂ ਤੁਸੀਂ ਧਰਮੀ ਨਹੀਂ ਹੋ ਸਕਦੇ। ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਸੋ ਕਿੰਤੂ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਆਉਣ ਨੂੰ ਸਾਡੇ ਵੀ ਅੱਜ ਬਹੁਤ ਭਰਾ, ਸ਼੍ਰੀ ਕ੍ਰਿਸ਼ਨ ਆਉਣ ਨੂੰ ਅਸੀਂ ਪੂਰਨਮਾਸ਼ੀ ਨਾਲ ਹੀ ਮੱਸਿਆ ਨਾਲ ਹੀ, ਅਸੀਂ ਸੋਮਵਾਰੀ ਮੱਸਿਆ ਨਾਲ ਹੀ, ਅਸੀਂ ਦਸਵੀਂ ਤੇ ਨਾ ਆਏ, ਅੱਜ ਵੀ ਅਸੀਂ ਇਹੀ ਸਮਝਦੇ ਹਾਂ। ਪਰ ਪਹਿਲੇ ਕਿੰਤੂ ਫਿਰ ਮੌਨ ਰੱਖਦੇ ਉਸ ਵੇਲੇ, ਉਹਨੂੰ ਗੁਰੂ ਜੀ ਨੇ ਕੱਟਦਾ ਵੀ ਚੁੱਪਾ ਚੁੱਪਣਾ, ਮੂੰਹ ਤੋਂ ਚੁੱਪ ਕਰਨਾ ਤੁਹਾਡਾ ਮਨ ਨਹੀਂ ਚੁੱਪ ਕਰਦਾ, ਠੀਕ ਤੁਹਾਡੇ ਅੰਦਰ ਤਾਂ ਅੰਤਰਵਾਰਤਾ ਤਾਂ ਚੱਲੀ ਜਾਂਦਾ, ਇੰਟਰਨਲ ਡਾਊਟ ਤੁਹਾਡਾ ਚੱਲੀ ਜਾਂਦਾ ਜੀ, ਤੇ ਫਿਰ ਵੀ ਜੋ ਭੁੱਖ ਹੈ ਤੁਹਾਡੀ ਤ੍ਰਿਸ਼ਨਾ ਉਹ ਨਹੀਂ ਤੁਹਾਡੀ ਉੱਤਰਦੀ, ਸੱਚੇ ਗਿਆਨ ਤੋਂ ਬਿਨਾਂ ਮਨ ਦੀ ਭੁੱਖ ਨਹੀਂ ਉੱਤਰਦੀ। ਭਾਵੇਂ ਤੁਸੀਂ ਦੇਸਾਂ ਦਸਾਂਤਰਾਂ ਦੇ ਭਾਰ ਭਾਵ ਕਿ ਦੇਸਾਂ ਖਾਂਦੇ ਆ, ਤੁਸੀਂ ਪਦਾਰਥਵਾਦ ਨੂੰ ਬੰਨ ਲਵੋ ਤਾਂ ਨਹੀਂ ਉੱਤਰਦੀ, ਤੁਹਾਡੇ ਕੋਲੇ ਆਪਣੀਆਂ ਲੱਖਾਂ ਸਿਆ ਹਜ਼ਾਰਾਂ ਸਿਆਣਪਾਂ ਹੁਣ ਨਹੀਂ ਚੱਲਣੀ। ਰਾਈਟ, ਸੋ ਅਸੀਂ ਕਿਵੇਂ ਸੱਚੇ ਹੋਈਏ, ਕਿਵੇਂ ਜੋ ਮਾਲਕ ਪਰਮਾਤਮਾ ਦਾ ਹੁਕਮ ਤੁਹਾਨੂੰ ਸੋਝੀ ਦੇ ਰਿਹਾ, ਸੋ ਗੁਰਬਾਣੀ ਤੋਂ ਸਾਨੂੰ ਹੁਕਮ ਦੀ ਸੋਝੀ ਆਉਣੀ ਹੈ, ਹੁਕਮ ਪਛਾਣਿਆ ਸੋ ਇੱਕੋ ਜਾਣਿਆ ਬੰਦਾ ਕਹੀਆ ਸੋਈ। ਸੋ ਅਸੀਂ ਗੁਰਬਾਣੀ ਤੋਂ ਉਹ ਸਾਨੂੰ ਮਿਲੇ ਹੋਏ ਹੁਕਮ ਦੀ ਪਛਾਣ ਕਰਕੇ ਸੋਝੀ ਕਰਕੇ ਉਹਦੇ ਮੁਤਾਬਕ ਅਸੀਂ ਜੀਵਨ ਦੇ ਵਿੱਚ ਵਿਚਰਨਾ। ਸੋ ਕਿੰਤੂ ਤਾਂ ਬਾਣੀ ਦੇ ਉੱਤੇ ਝੂਠ ਤੇ ਕਿੰਤੂ ਤਾਂ ਬਾਣੀ ਤੇ ਇੰਨਾ ਜ਼ਿਆਦਾ ਕੀਤਾ ਗੁਰੂ ਨਾਨਕ ਸਾਹਿਬ ਨੇ, ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜਿਆ ਪਈ ਘੁਮਿਆਰ, ਇਹ ਨਹੀਂ ਵੀ ਗੁਰੂ ਸਾਹਿਬ ਨੇ ਇੱਥੇ ਸਲਾਮ ਤੁਹਾਨੂੰ ਦੀ ਨਿੰਦਾ ਕਰਤੀ, ਵੀ ਇੱਕ ਝੂਠ ਤੇ ਕਿੰਤੂ ਕਰਤਾ ਵੀ ਮੁਰਦੇ ਜਿਉਂਦੇ ਹੋਣਗੇ, ਵੀ ਫਿਰ ਸਿਫਾਰਿਸ਼ ਲੱਗੂਗੀ, ਫਿਰ ਵਾਇਸਤਾ ਮੁਜਾਣਗੇ, ਭਾਵ ਕਿ ਧਰਮ ਤਾਂ ਸੱਚ ਦੀ ਭਾਲ ਹੈ। ਠੀਕ, ਜੇ ਅਸੀਂ ਧਰਮ ਦੇ ਨਾਂ ਤੇ ਉੱਤੇ ਝੂਠੀਆਂ ਕਹਾਣੀਆਂ ਫਲਾਉਣ ਲੱਗ ਗਏ ਤੇ ਫਿਰ ਧਰਮ ਕੀ ਰਹਿ ਗਿਆ? ਗੁਰੂ ਸਾਹਿਬ ਨੇ ਝੂਠੀ ਕਹਾਣੀ ਤੇ ਕਿੰਤੂ ਕਰਤਾ, ਫਿਰ ਝੂਠ ਤੇ ਕਿੰਤੂ ਕਰ ਦਿੱਤਾ, ਗੁਰਬਾਣੀ ਵਿੱਚ ਕਹਿ ਦਿੱਤਾ। ਬਹੁਤ ਲੋਕ ਨੇ ਜਿਹੜੇ ਇੰਨੇ ਵਹਿਮ ਵਿੱਚ ਪਏ ਹੋਏ ਆ ਵੀ ਕੋਈ ਜੀਵਨਾ ਮਰ ਜੇ, ਕੋਈ ਜੀਵਨਾ ਮਰ ਜੇ, ਤੇ ਫਿਰ ਉਹ ਇੱਥੋਂ ਤੱਕ ਕਰਦੇ ਸੀਗੇ ਫੁੱਲ ਫਦੀਅਤ ਮੋਹੇ ਲੈਣ ਭੜਾਸਾ ਪਾਣੀ ਦੇਖ ਸੰਗਾਂ ਹੀ, ਗੁਰੂ ਜੀ ਨੇ ਸਪਸ਼ਟ ਉਹਨਾਂ ਦਾ ਨਾਂ ਲੈ ਕੇ ਮਾਝ ਦੀ ਵਾਰ ਦੇ ਵਿੱਚ ਕਿੰਤੂ ਕਰਤਾ ਵੀ ਇਹ ਮਤਲਬ ਪੁੱਠੇ ਪਾਸੇ ਪੈ ਗਏ ਇਹ। ਰਾਈਟ, ਹਾਂ ਇਹ ਪੁੱਠੇ ਪਾਸੇ ਪੈ ਗਏ, ਕਿਉਂ ਇਹ ਕੀ ਕਰਦੇ ਨੇ ਵੀ ਮਤਲਬ ਭੇਡਾਂ ਵਾਂਗ ਹੀ ਸਿਰ ਖੋਹਣ ਭਰੀਆਂ ਹੱਥ ਸੁਹਾਈ ਦੇ, ਹੋਰ ਨੂੰ ਤਿੱਖਾ ਬਚਨ ਵਰਤਿਆ ਵੀ ਹੱਥ ਵਿੱਚ ਸਵਾਹ ਲੈ ਕੇ ਜੜਾਂ ਚੋਂ ਕੇਸ ਪਟਾ ਦਿੱਤੇ ਵੀ ਕਿਤੇ ਜੂਆਂ ਨਾ ਪੈ ਜਾਣ, ਜੂਆਂ ਮਾਰਨਾ ਤਾਂ ਪਾਪ ਹੈ ਕਹਿੰਦੇ। ਸੋ ਕਿੰਤੂ ਕੀਤਾ ਝੂਠ ਦੇ ਉੱਤੇ। ਰਾਈਟ, ਸੋ ਜਿੰਨਾ ਵੀ ਪਾਂਡਾਵਾਸ ਸੀ ਪੁਜਾਰੀਵਾਦ ਉਹਦਾ ਗੁਰੂ ਸਾਹਿਬ ਜੀ ਨੇ ਕਾਟ ਕੀਤੀ,
ਗੁਰੂ ਸਾਹਿਬ ਨੇ ਇਸ ਤੱਕ ਕਿਹਾ ਮੱਥਾ ਟੇਕਾ ਤਿਰ ਧੋਤੀ ਖਾਈ ਹੱਥ ਛੁਰੀ ਜਗਤ ਕਸਾਈ, ਜਗਤ ਕਸਾਈ ਤੱਕ ਕਹਿ ਦਿੱਤਾ। ਸੋ ਜਦੋਂ ਅਸੀਂ ਇਹ ਸੱਚ ਦਾ ਸਾਹਮਣਾ ਕਰਾਂਗੇ ਫਿਰ ਅਸੀਂ ਕਦੇ ਨਹੀਂ ਕਹਿ ਸਕਦੇ ਵੀ ਕਿੰਤੂ ਨਹੀਂ ਕਰਨਾ ਚਾਹੀਦਾ। ਸੋ ਭਾਈ ਸਾਹਿਬ ਬਿਲਕੁਲ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਹਾਲ ਹੀ ਵਿੱਚ ਦੀਵਾਲੀ ਲੰਘ ਕੇ ਗਈ ਅਤੇ ਅਸੀਂ ਦੇਖਿਆ ਗੁਰਦੁਆਰਿਆਂ ਵਿੱਚ ਜਿਸ ਤਰੀਕੇ ਨਾਲ ਦੀਵੇ ਚੱਲਦੇ ਨੇ ਜਾਂ ਜੋਤਾਂ ਦਾ ਘਿਓ ਦੇ ਦੇਸੀ ਘਿਓ ਦੇ ਟਨਾਂ ਅਤੇ ਟਨ ਜਿਹੜੇ ਘਿਓ ਅਸੀਂ ਚਲਾ ਕੇ ਗੁਰਦੁਆਰਿਆਂ 'ਚ ਲਿਆ ਕੇ ਉਹ ਜ਼ਾਇਆ ਕਰ ਰਹੇ ਹਾਂ, ਪਰ ਅਸੀਂ ਕਿਸੇ ਉਹੀ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਅਸੀਂ ਲੋੜਵੰਦ ਦੀ ਲੋੜ ਪੂਰੀ ਨਹੀਂ ਹੋ ਰਹੀ, ਬ੍ਰਾਹਮਣਵਾਦ 'ਚੋਂ ਬਾਹਰ ਕੱਢਿਆ, ਮੁਬਾਰਕਬਾਦ ਉਹਨਾਂ ਨੂੰ ਜਿਹੜੇ ਫੋਲੋ ਕਰਦੇ ਨੇ, ਉਹੀ ਚੀਜ਼ਾਂ ਅੱਜ ਸਾਡੇ 'ਤੇ ਭਾਰੂ ਹੁੰਦੀਆਂ ਜਾ ਰਹੀਆਂ ਨੇ। ਕੀ ਤੁਸੀਂ ਸਮਝਦੇ ਕੀ ਕਰਨ ਦੀ ਲੋੜ ਹੈ? ਦੇਖੋ ਤਾਂ ਜਦੋਂ ਸਾਨੂੰ ਗੁਰਬਾਣੀ ਦਾ ਗਿਆਨ ਆਊ ਸਾਡੇ ਵਿੱਚ ਅਵੇਅਰਨੈਸ ਆਊ ਤਾਂ ਅਸੀਂ ਆਪਣੇ ਆਪ ਹੀ ਉੱਪਰ ਉੱਠਾਂਗੇ, ਕਹਿਣ ਮਾਤਰ ਤਾਂ ਸਿੱਖ ਨਹੀਂ ਹੁੰਦਾ। ਜੇ ਹੁਣ ਆਪਣੇ ਗੁਰੂ ਦੀ ਬਾਣੀ ਦਾ ਸਾਨੂੰ ਗਿਆਨ ਨਹੀਂ, ਹੁਣ ਆਪਾਂ ਦੇਸੀ ਉਦਾਹਰਣ ਲੈ ਲਓ ਵੀ ਹਲਵਾਈ, ਉਹਨੂੰ ਪੁੱਛੋ ਭਾਈ ਵੀ ਤੂੰ ਲੱਡੂ ਬਣਾਉਣ ਜਾਣਦਾ ਜਲੇਬੀ ਬਣਾਉਣ ਜਾਣਦਾ, ਉਹਨੇ ਕਹਿੰਦਾ ਮੈਂ ਨਹੀਂ ਜਾਣਦਾ, ਫਿਰ ਤੂੰ ਭਾਈ ਹਲਵਾਈ ਕਾਹਦਾ? ਸੋ ਅਸੀਂ ਜੇ ਸਿੱਖ ਹੈ ਆਪਣੇ ਭਾਈ ਗੁਰੂ ਦੀ ਸਿੱਖਿਆ ਦਾ ਪਤਾ ਤੁਹਾਨੂੰ, ਨਹੀਂ ਤਾਂ ਸਾਨੂੰ ਪਤਾ ਨਹੀਂ ਸਿੱਖ ਕਾਹਦੇ ਹਾਂ। ਪਹਿਲੀ ਗੱਲ ਤਾਂ ਅਸੀਂ ਸਿੱਖ ਕਹਾਈ ਨਹੀਂ ਸਕਦੇ, ਸਾਨੂੰ ਬਾਣੀ ਦਾ ਪਤਾ ਹੀ ਨਹੀਂ ਸਾਨੂੰ ਜਦੋਂ ਗੁਰੂ ਸਾਹਿਬ ਸਾਨੂੰ ਸਿੱਖਿਆ ਕੀ ਦੇ ਰਹੇ ਆ। ਸੋ ਇਹ ਸਾਰਾ ਅਗਿਆਨਤਾ ਅਗਿਆਨਤਾ ਕਿਉਂ ਫੈਲੀ? ਫਿਰ ਅੱਗੋਂ ਵੀ ਆਪਾਂ ਅੱਗੇ ਗੱਲ ਖੁੱਲ੍ਹ ਗਏ ਤਾਂ ਉਹਦਾ ਕਾਰਨ ਕੀ ਹੈ ਵੀ ਅਸੀਂ ਰੈਂਟ ਦੇ ਉੱਤੇ ਕੰਮ ਚੱਲ ਪਿਆ ਸਾਡਾ। ਹਾਂਜੀ, ਹੁਣ ਜੇ ਕੋਈ ਮੈਡੀਕਲ ਦਾ ਵਿਦਿਆਰਥੀ ਰੈਂਟ ਦੀ ਕਿਤਾਬਾਂ ਪੜਵਾ ਲਵੇ ਬਣਜੂ ਡਾਕਟਰ, ਇੰਜੀਨੀਅਰ ਬਣਜੂਗਾ? ਬਿਲਕੁਲ। ਸੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਆਪ ਪੜ੍ਹਨਾ, ਸੰਗਤ ਵਿੱਚ ਸੁਣਨਾ, ਇੰਡੀਵਿਜੁਅਲ ਰੂਪ ਚ ਆ ਪੜ੍ਹਨਾ, ਸੰਗਤ ਰੂਪ ਦੇ ਵਿੱਚ ਸੁਣਨਾ ਗੁਰਸਿੱਖਾਂ ਤੋਂ, ਠੀਕ ਹੈ, ਉਸ ਵੇਲੇ ਕਥਾ ਹੁੰਦੀ ਹੈ ਜੋ ਵਿਚਾਰ ਹੁੰਦੀ ਹੈ, ਸੰਗਤ ਸੰਗਤੀ ਧਰਮ ਆ ਗਿਆ। ਸੋ ਅਸੀਂ ਹੁਣ ਅਣਸੁਣੀ ਬਾਣੀ ਦਾ ਆਪਾਂ ਵਾਰ ਵਾਰ ਦੇਖੋ, ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ, ਅਣਸੁਣੀ ਬਾਣੀ ਦਾ ਕੋਈ ਫਲ ਨਹੀਂ। ਬਿਲਕੁਲ, ਅਸੀਂ ਕੀ ਕੀਤਾ ਵੀ ਸਾਨੂੰ ਮੁੱਲ ਫਲ ਮਿਲ ਸਕਦਾ, ਧਰਮ ਖਰੀਦਿਆ ਨਹੀਂ ਜਾਂਦਾ, ਧਰਮ ਕਮਾਇਆ ਜਾਂਦਾ, ਤੇ ਕਮਾਉਣ ਵਾਸਤੇ ਕਰਨਾ ਕੀ ਪੈਂਦਾ? ਸੇਵ ਕੀਤੀ ਸੰਤੋਖੀ, ਜਿਹਨੀ ਸੱਚੋ ਸੱਚ ਧਿਆਇਆ ਉਹਨੀ ਮੰਦਾ ਪੈਰ ਨਾ ਰੱਖਿਓ ਕਰ ਸੁਕ੍ਰਿਤ, ਧਰਮ ਕਮਾਇਆ, ਨੇਕ ਕੰਮ ਕਰਕੇ ਧਰਮ ਕਮਾਉਣਾ ਪੈਂਦਾ, ਧਰਮ ਖਰੀਦਿਆ ਨਹੀਂ ਜਾਂਦਾ। ਦੁਨਿਆਵੀ ਚੀਜ਼ਾਂ ਤਾਂ ਮੁੱਲ ਮਿਲਦੀਆਂ, ਅਸੀਂ ਰੱਬ ਨੂੰ ਵੀ ਖਰੀਦਣਾ ਚਾਹੁੰਦੇ ਹਾਂ, ਧਰਮ ਨੂੰ ਖਰੀਦਣਾ ਚਾਹੁੰਦੇ ਹਾਂ। ਸੋ ਜਿਹੜਾ ਸਾਡੇ 'ਚ ਪਿਰਤ ਪੈਗੀ ਵੀ ਪਾਠ ਦਾ ਫਲ ਖਰੀਦਿਆ ਜਾ ਸਕਦਾ ਹੈ ਜਾਂ ਮਤਲਬ ਅਰਦਾਸ ਅਸੀਂ ਕਰਵਾਉਂਦੇ ਹਾਂ ਕਰਦੇ ਨਹੀਂ, ਗੁਰਬਾਣੀ 'ਚ ਨਹੀਂ ਲਿਖਿਆ ਵੀ ਅਰਦਾਸ ਕਰਾ, ਗੁਰਬਾਣੀ 'ਚ ਲਿਖਿਆ ਅਰਦਾਸ ਕਰ। ਸੋ ਇੱਦਾਂ ਹੀ ਵੀ ਗਿਆਨ ਤੋਂ ਬਿਨਾਂ ਸਾਡੇ 'ਚ ਦੀਵੇ ਆ ਗਏ। ਦੇਖੋ ਹੁਣ ਗੁਰਬਾਣੀ ਸਪਸ਼ਟ ਲਿਖਿਆ ਸਤਿਗੁਰ ਸ਼ਬਦ ਉਜਾਰੋ ਦੀਪਾ, ਜੀ ਬਿਲਕੁਲ, ਸਤਿਗੁਰ ਦੇ ਸ਼ਬਦ ਰਾਹੀਂ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੋ, ਉਹ ਤਾਂ ਸਾਡੇ ਹੋ ਗਏ ਗੁੱਲ। ਜੇ ਆਪਾਂ ਦੇਖੀਏ ਇਤਿਹਾਸ ਪੜ੍ਹੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਉਹ 1783 ਤੱਕ ਦਾ ਇਤਿਹਾਸ ਵੀ ਦੇਖੀਏ ਤਾਂ ਦੇਖੋ ਕਿੱਦਾਂ ਗਿਆਨ ਦਾ ਦੀਵਾ ਉਹਨਾਂ ਅੰਦਰ ਬਲਦਾ ਸੀ, ਕਿੰਨੇ ਜ਼ੁਲਮ ਝੁੱਲੇ, ਆਪਾਂ ਕਹਿੰਦੇ ਵੀ ਆਪਾਂ ਕਹਿ ਲਓ ਵੀ ਜ਼ੁਲਮਾਂ ਦੀ ਹਨੇਰੀ ਝੁੱਲੀ, ਚੱਖੜ ਝੁੱਲੇ, ਪਰ ਉਹ ਬਜਾ ਉਸ ਦੀਵੇ ਨੂੰ ਬੁਝਾ ਨਾ ਸਕੇ, ਤੇ ਬਾਹਰਲਾ ਦੀਵਾ ਤਾਂ ਮੂਲੀ ਤੇਜ਼ ਹਵਾ ਗੁੱਲ ਕਰ ਜਾਂਦਾ। ਸੋ ਗਿਆਨ ਦੇ ਦੀ ਉਹਨਾਂ ਸਮਿਆਂ ਦੇ ਵਿੱਚ ਇਹ ਕੋਈ ਸ਼ੱਕ ਨਹੀਂ ਵੀ ਦੀਵੇ ਬਾਲ ਕੇ ਚਾਨਣ ਕੀਤਾ ਜਾਂਦਾ ਸੀ ਉਹਨਾਂ ਸਮਿਆਂ 'ਚ, ਉਸ ਸਮੇਂ ਦੇ ਵਿੱਚ। ਅੱਜ ਅਸੀਂ ਦੇਸੀ ਘਿਓ ਫੂਕੀਏ ਦੀਵਿਆਂ ਦੇ ਵਿੱਚ, ਤੇ ਮੈਂ ਤਾਂ ਕਹਿੰਦਾ ਇਦੂ ਵੱਡ ਗਿਆਨ ਤਾਂ ਕੀ ਹੋ ਸਕਦੀ ਹੈ? ਤੇ ਸਟੇਜ 'ਤੇ ਵੀ ਮੈਂ ਕਹਿਣਾ ਹੁੰਦਾ ਹਾਂ ਵੀ ਸਭ ਮੈਂ ਜੋਤ, ਜੋਤ ਹੈ ਸੋਏ, ਲੋੜਵੰਦ ਸੀਡ ਨੂੰ ਦੇਤਾ ਰੱਬ ਦੀ ਜੋਤ 'ਚ ਪਾਤਾ, ਠੀਕ ਵੀ ਤੁਸੀਂ ਰੱਬੀ ਜੋਤ 'ਚ ਪਾਉਣੀ ਹੈ, ਲੋੜਵੰਦ ਨੂੰ ਦੇ ਦਿਓ ਫੂਕ ਦੇ ਕਰਦੇ ਹੋ। ਬਿਲਕੁਲ। ਸੋ ਅਸੀਂ ਘਿਓ ਫੂਕਣ ਨੂੰ ਧਰਮ ਸਮਝ ਲਿਆ, ਅਖੰਡ ਪਾਠ ਵੇਲੇ ਅਸੀਂ ਘਿਓ ਫੂਕੀ ਜਾਂਦੇ ਹਾਂ, ਅਖੰਡ ਜੋਤ ਲਾਤੀ ਅਖੰਡ ਜੋਤ, ਤੇ ਉਹ ਕਿਧਰੇ ਕੋਈ ਧੂਫਾਂ 'ਚ ਲਾਈ ਜਾਂਦੇ ਹਾਂ, ਉਹ ਸਾਨੂੰ ਫਿਰ ਗ੍ਰੰਥੀ ਮੱਤ ਕੀ ਦਿੰਦਾ ਪਰਿਵਾਰ ਵਾਲਿਆਂ ਨੂੰ, ਤੁਸੀਂ ਜੋਤ ਦੀ ਨਿਗਾਹ ਰੱਖਿਓ ਜੀ, ਤੁਸੀਂ ਧੂਫ ਦੀ ਨਿਗਾਹ ਰੱਖਿਓ, ਠੀਕ ਵੀ ਗੁਰਬਾਣੀ ਇਹ ਨਹੀਂ ਕਹਿੰਦੇ ਭਾਈ ਗੁਰਬਾਣੀ ਨੂੰ ਧਿਆਨ ਲਾ ਕੇ ਸੁਣੀ ਚੱਲੋ ਵੀ ਪਾਠ ਪ੍ਰਕਾਸ਼ ਹੋਇਆ, ਇਹ ਨਾ ਹੋਵੇ ਵੀ ਅਣਸੁਣੀ ਬਾਣੀ ਇੱਦੀ ਲੰਘੀ ਜਾਵੇ। ਰਾਈਟ, ਅਸੀਂ ਗੁਰਬਾਣੀ 'ਤੇ ਧਿਆਨ ਕੇਂਦਰਿਤ ਨਹੀਂ ਕੀਤਾ, ਉਹਨਾਂ 'ਤੇ ਪ੍ਰੈਸ਼ਰ ਪਾਤਾ, ਦੇਖੋ ਕਿਤੇ ਜੋਤ ਨਾ ਪਹੁੰਚੇ, ਵੀ ਜੋਤ ਪੁੱਜ ਗਈ ਦੱਸੋ ਕਿਹੜਾ ਬੰਬ ਚੱਲ ਜਾਣਾ, ਦੇਖੋ ਕਿਤੇ ਧੂਫ ਨਾ ਪਹੁੰਚ ਜਾਵੇ, ਵੀ ਧੂਫਾਂ ਜੋਤਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ, ਕੋਈ ਪੂਜਾ ਨਹੀਂ। ਸੋ ਅਸੀਂ ਗੁਰਬਾਣੀ ਨੂੰ ਸਮਝਣ ਸੁਣਨ ਦੇ ਉੱਤੇ ਜ਼ੋਰ ਨਹੀਂ ਦਿੱਤਾ, ਇਸ ਕਰਕੇ ਉਹ ਸਾਰਾ ਕੁਝ ਸਾਡੇ ਵਿੱਚ ਆ ਗਿਆ, ਸਾਨੂੰ ਗੁਰੂ ਨੇ ਕੱਢਿਆ ਸੀਗਾ। ਬਿਲਕੁਲ, ਹਰ ਉਹ ਬਰਾਜ ਸਿੱਖ ਵਿੱਚ ਅੱਜ ਆ ਚੁੱਕੀ ਹੈ, ਜੋ ਸਿੱਖ ਨਾ ਮੈਂ ਕਹਾਂ ਮਨੁੱਖ ਦੇ ਵਿੱਚ ਮਿਲਕੋ ਸਿੱਖ ਤਾਂ ਅਸੀਂ ਬਣੇ ਨਹੀਂ, ਜਿਹੜੀਆਂ ਬੁਰਾਈਆਂ ਸਾਡੀ ਮਨੁੱਖਤਾ ਜੋ ਗੁਰੂ ਨੇ ਦੂਰ ਕੀਤੀਆਂ ਸੀ। ਰਾਈਟ, ਉਹ ਨਿਵੇਕਲਾਪਨ ਜਿਸ ਦੇ ਉੱਤੇ ਸਾਨੂੰ ਮਾਣ ਹੁੰਦਾ ਸੀ, ਅੱਜ ਵੀ ਮਾਣ ਹੈ। ਅੱਜ ਅਸੀਂ ਜਦੋਂ ਗੱਲਬਾਤ ਕਰਦੇ ਹਾਂ ਤਾਂ ਅਸੀਂ ਬ੍ਰਾਹਮਣਵਾਦ ਦੀ ਗੱਲ ਜ਼ਰੂਰ ਛੇੜਦੇ ਹੈਗੇ, ਪਰ ਆਪਣੇ ਜੋ ਕੁਝ ਅਸੀਂ ਕਰ ਰਹੇ ਹਾਂ ਉਸ ਪ੍ਰਤੀ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫਿਰਨ ਨੂੰ ਤਿਆਰ ਨਹੀਂ ਹੋ ਰਹੇ। ਬਿਲਕੁਲ ਬਿਲਕੁਲ, ਅਤੇ ਉਸ ਕਾਰਨ ਨੌਜਵਾਨ ਪੀੜ੍ਹੀ ਵੀ ਜਿਹੜੀ ਹੈਗੀ ਉਹ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਹੈ, ਬਾਣੀ ਅਤੇ ਬਾਣੇ ਦੋਨੋਂ ਹੀ ਚੀਜ਼ਾਂ ਤੋਂ ਅੱਜ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਇਹਦੇ ਬਾਰੇ ਤੁਸੀਂ ਕੀ ਸਮਝੋ, ਕਿਵੇਂ ਵਾਪਸ ਜੋੜਿਆ ਜਾ ਸਕਦਾ? ਦੇਖੋ ਵਾਪਸ ਜੋੜਨਾ ਤਾਂ ਕੋਈ ਤਰੀਕਾ ਵੀ ਹਰ ਭਰਾ ਭੈਣ ਸਾਡਾ ਅਰਥਾਂ ਸਮੇਤ ਬਾਣੀ ਪੜ੍ਹੋ, ਜਦੋਂ ਉਹਨਾਂ ਨੂੰ ਗਿਆਨ ਮਿਲੂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਜਿੱਥੋਂ ਵੀ ਜੋ ਬ੍ਰਾਹਮਣ ਬਾਸ ਸਾਡੇ ਵਿੱਚ ਵੀ ਆ ਗਿਆ, ਹੁਣ ਮੈਂ ਤਾਂ ਸਟੇਜਾਂ 'ਤੇ ਵੀ ਕਹਿੰਦਾ ਹੁੰਦਾ ਹਾਂ ਵੀ ਜੋ ਜਾਨਵਰਾਂ ਦੀਆਂ ਬਲੀਆਂ ਦਾ ਪਖੰਡ ਪੁਜਾਰੀ ਮੰਦਰ 'ਚ ਕਰਦਾ, ਉਹੀ ਪਖੰਡ ਹਜ਼ੂਰ ਸਾਹਿਬ ਅੱਜ ਨਿਸ਼ਾਨ ਸਾਹਿਬ ਕੋਲੇ ਕਰਦੇ ਨੇ, ਬੱਕਰਾ ਉੱਥੇ ਬੱਕਰਾ ਵੱਢ ਕੇ ਉਹਦੇ ਤਿਲਕ ਆ ਜਿਹੜੇ ਉਹ ਲਾਏ ਜਾਂਦੇ ਨੇ। ਪਹਿਲੀ ਗੱਲ ਤਾਂ ਸਾਡੇ ਸ਼ਾਸਤਰ ਪਹਿਨੇ ਜੋ ਸਾਡੇ ਇਹਨਾਂ ਨੂੰ ਕੋਈ ਪਿਆਸ ਨਹੀਂ ਲੱਗਦੀ ਵੀ ਖੂਨ ਦੀ, ਇਹਨਾਂ ਨੂੰ ਪਿਆਸ ਲੱਗਦੀ।
ਇਹਨੂੰ ਹੁਣ ਤਾਂ ਉਦੋਂ ਲੱਗਦਾ ਜਦੋਂ ਸਾਰੇ ਹੀਲੇ ਫੇਲ ਹੋ ਜਾਣ। ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਅਪੀਲ ਵਕੀਲ ਦਲੀਲ ਤੋਂ ਗੱਲ ਉੱਪਰ ਚਲੀ ਜਾਵੇ ਇਹ ਤਾਂ ਫੇਰ ਸੀ, ਪਰ ਹੁਣ ਅਸੀਂ ਉਹਨੂੰ ਲਾ ਰਹੇ ਹਾਂ ਬੱਕਰਿਆਂ ਦਾ ਖੂਨ ਸ਼ਾਸਤਰਾਂ ਨੂੰ। ਇਹ ਸ਼ਾਸਤਰ ਸਾਡਾ ਬੱਕਰੇ ਦਾ ਖੂਨ ਨਹੀਂ ਪੀਂਦਾ, ਜਾਲਮ ਦਾ ਖੂਨ ਪੀਂਦਾ, ਉਹ ਵੀ ਉਦੋਂ ਜਦੋਂ ਸਿਰ ਤੋਂ ਪਾਣੀ ਲੰਘ ਗਿਆ, ਬਿਲਕੁਲ ਸਾਰੇ ਹੀਲੇ ਫੇਲ ਹੋ ਗਏ। ਲੇਕਿਨ ਅਸੀਂ ਅੱਜ ਕਰ ਰਹੇ ਹਾਂ ਬਿਲਕੁਲ ਜਿਹੜੀ ਆਰਤੀ ਦਾ ਖੰਡਨ ਗੁਰੂ ਨਾਨਕ ਬਾਬਾ ਜੀ ਉਹੀ ਅਸੀਂ ਜਗਨਨਾਥਪੁਰੀ ਦੇ ਮੰਦਰ ਚ ਜਾ ਕੇ ਕਰ ਰਹੇ ਹੈ, ਉਹੀ ਉਹੀ ਥਾਲੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਘਾ ਰਹੇ ਹਾਂ ਜੀ। ਜਿਹੜੀ ਮੂਰਤੀ ਪੂਜਾ ਦਾ ਖੰਡਨ ਗੁਰਬਾਣੀ ਕਰ ਰਹੀ ਹੈ, ਅੰਧੇ ਗੁੰਗੇ ਅੰਧ ਅੰਧਾਰ ਪਾਥਰ ਲਈ ਪੂਜੇ ਮੁਗਤ ਗਵਾਰ, ਉਹੀ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਬਣਾ ਕੇ ਅੱਜ ਦਾਤਣਾ ਗੜਵੇ ਰੱਖਣੇ ਸ਼ੁਰੂ ਕਰ ਦਿੱਤੇ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਆ ਗਏ। ਬਿਲਕੁਲ, ਸੋ ਕਹਿਣ ਦਾ ਭਾਵ ਜਿੱਥੋਂ ਸਾਨੂੰ ਗੁਰੂ ਸਾਹਿਬ ਜਾਤੀਵਾਦ ਤੋਂ ਸਾਨੂੰ ਕੱਢਿਆ ਅਸੀਂ ਜਾਤਾਂ ਦੇ ਆਪਣੇ ਗੁਰਦੁਆਰੇ ਬਣਾ ਲਏ। ਇਹ ਗੁਰਦੁਆਰਾ ਰਾਮਗੜੀਆਂ ਦਾ, ਇਹ ਰਵਦਾਸੀਆਂ ਦਾ, ਜੱਟਾਂ ਦਾ, ਭਾਪਿਆਂ ਦਾ, ਗੁਰਦੁਆਰੇ ਗੁਰੂ ਦੇ ਨਹੀਂ ਰਹੇ, ਗੁਰਦੁਆਰੇ ਹੁਣ ਜੱਟਾਂ ਦੇ ਆ, ਭਾਪਿਆਂ ਦੇ ਆ, ਰਾਮਗੜੀਆਂ ਦੇ। ਜਾਤੀਵਾਦ ਤੋਂ ਸਾਨੂੰ ਚੱਕਿਆ ਸੀ ਉੱਪਰ, ਅਸੀਂ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾ ਲਏ, ਬਾਟੇ ਵੰਡ ਲਏ, ਪੰਗਤਾਂ ਵੰਡਤੀਆਂ। ਬਿਲਕੁਲ, ਅੰਮ੍ਰਿਤ ਨੇ ਸਾਨੂੰ ਇੱਕ ਕੀਤਾ ਖੰਡੇ ਦੀ ਪਹੁਲ, ਕਹਿ ਲਓ ਕੋਈ ਗੱਲ ਹੈ, ਖੰਡੇ ਦੀ ਪਹੁਲ ਨੇ ਅਸੀਂ ਖੰਡੇ ਦੀ ਪਹੁਲ ਨੇ ਕਿਸਮ ਦੀ ਬਣਾਤੀ। ਅੱਜ ਪੁੱਛਣਾ ਪੈਂਦਾ ਭੈਣ ਜੀ ਤੁਸੀਂ ਕਿਹੜਾ ਸ਼ੱਕ ਹੈ, ਕਿੱਥੋਂ ਸ਼ੱਕ, ਵੀਰ ਜੀ ਤੁਸੀਂ ਕਿਹੜਾ ਸ਼ੱਕ ਹੈ, ਦੱਸੋ ਉਹਦੀਆਂ ਅਸੀਂ ਵਰਾਇਟੀਆਂ ਬਣਾ ਦਿੱਤੀਆਂ ਵੀ ਕੋਈ ਖੰਡੇ ਦੀ ਪਹੁਲ ਦੀਆਂ ਵਰਾਇਟੀਆਂ। ਬਿਲਕੁਲ, ਕਿੱਥੋਂ ਕਿੱਥੋਂ ਸ਼ੱਕ ਹੈ। ਸੋ ਇਹ ਗਿਰਾਵਟਾਂ ਜਿਹੜੀਆਂ ਭਾਈ ਸਾਹਿਬ ਸਾਡੇ 'ਚ ਆ ਚੁੱਕੀਆਂ ਨੇ, ਲੇਕਿਨ ਆਫਟਰ ਆਲ ਜਿਸ ਤਰ੍ਹਾਂ ਇਸਦਾ ਐਂਡ ਵੀ ਹੋਏਗਾ ਤੇ ਇਸ ਦੇ ਵਾਸਤੇ ਤੁਸੀਂ ਜਿਸ ਤਰ੍ਹਾਂ ਕਿਹਾ ਆਪ ਸ਼ੁਰੂ ਕਰਕੇ ਬਾਣੀ ਨੂੰ ਆਪ ਪੜ੍ਹ ਕੇ ਅਸੀਂ ਉਹਨੂੰ ਬਚਨਾਂ ਨੂੰ ਸਮਝ ਸਕੀਏ ਤੇ ਆਪਣੇ ਜੀਵਨ ਵਿੱਚ ਉਹ ਰਿਫਲੈਕਟ ਕਰ ਸਕੀਏ।